ਆ ਤੇ ਦੁੱਧ ਵਾਲਾ ਜਾਨਵਰ ਵੀ ਆ ਸੱਜਣੋ, ਇਹ ਜਾਨਵਰ ਮੇਲੇ ਚ ਪਾਉਣ ਵਾਲਾ ਜਾਨਵਰ ਵੀ ਆ ਬਾਈ। ਇੱਥੇ ਤੋਂ ਦਿਖਾ ਦੀ ਤਰਸ ਸਾਰੀ ਬਾਡੀ ਰੱਖ ਕੇ ਕੈਮਰਾ ਬੈਕ ਤੇ ਜਦੋਂ ਜਾਊਗੀ ਝੋਟੀ ਤੇ ਸਾਈਡ ਤੋਂ ਵੀ ਲੇਵਾ ਲੂਵਾ ਦਿਖਾ ਦੇ ਅਗਲੇ ਬੰਨੇ ਥਣ ਥੁਣ ਤਾਂ ਉਹੀ ਗੱਲ ਆ ਵੀ ਬਾ ਕਮਾਲ ਹੀ ਲੱਗੇ ਨੇ। ਕਿਸੇ ਵੀ ਪੱਖ ਤੋਂ ਜਰ ਜੇ ਗੱਲ ਕਰ ਲਈਏ ਵੀ ਝੋਟੀ ਇਹ ਹੱਥ ਧਰਾਉਂਦੀ ਨਹੀਂ, ਦੰਦਾਂ 'ਚ ਕਿਵੇਂ ਲੱਗੂ? ਇਹ ਚੌਗੀ ਆ ਬਾਈ, ਦੰਦਾਂ 'ਚ ਚੌਗੀ ਆ ਤਰਸ, ਬੱਚੇ ਤੇ ਵੀ ਮਾਰਦੀ ਕੈਮਰਾ। ਓਏ ਬੱਚਾ ਕੀ ਆ ਨਾਲ ਇਹਦੇ? ਬੱਚਾ ਕੱਟੀ ਆ ਬਾਈ। ਅੱਛਾ ਮਾਂਗਰੇ ਦੇ ਕੱਟੀ ਆ, ਇੱਕ ਨਾਲ ਇੱਕ ਨਗੀਨਾ ਫ੍ਰੀ ਆ ਜੇ ਗੱਲ ਕਰ ਲਈਏ। ਲੈ ਵੀ ਹੁਣ ਵਪਾਰੀ ਸੱਜਣ ਮੈਨੂੰ ਦੋਸ ਨਾ ਦੇਣ ਵੀ ਕੁੜੀ ਤੈਂ ਮੈਂ ਸਮਝਾਂ ਕਰਤੇ, ਮੈਂ ਸਮਝਾਂ ਸੋਡੇ ਬੰਦੀ ਕਰਦੇ ਨੇ ਬਾਈ। ਹੁਣ 2 ਲੱਖ ਆ ਝੋਟੀ ਦਾ ਇਹ ਸੱਜਣ ਮੰਗਣ ਲੱਗ ਰਿਹਾ, ਪਰ ਇਹ 2 ਲੱਖ ਰੁਪਇਆ ਯਾਰ ਓਟਦੀ ਨਹੀਂ, ਮੈਂ ਬਾਈ ਦੇ ਮੂੰਹ ਤੇ ਆਖੂਗਾ ਗੱਲ। ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਲੈ ਸੱਜਣੋ ਅੱਜ ਆਪਾਂ ਪਹੁੰਚੇ ਆ ਮੰਡੀ ਧਨੌਲਾ ਬਾਈ, 11/4/2023 ਦਾ ਦਿਨ ਆ, ਕਿਉਂਕਿ ਬਾਡੀਆਂ ਦਾ ਕੰਮ ਵੀ ਨਾਲ ਨਾਲ ਸ਼ੁਰੂ ਹੋ ਗਿਆ ਤੇ ਹੁਣ ਥੋੜਾ ਜਿਹਾ ਸਿਸਟਮ ਬੀਜੀ ਹੋ ਜਾਊਗਾ ਮੇਰੇ ਹਿਸਾਬ ਨਾਲ। ਵੀ ਹੁਣ ਰੇਟਾਂ ਦੇ ਵਿੱਚ ਵੀ ਲਾ ਲਈਏ, ਗਾਹਕੀ ਦੇ ਵਿੱਚ ਵੀ ਲਾ ਲਈਏ ਸੱਜਣੋ, ਵੀ ਥੋੜਾ ਥੋੜਾ ਹੁਣ ਅੰਤਰ ਆ ਜਾਊਗਾ। ਇਸ ਤੋਂ ਬਾਅਦ ਜਦੋਂ ਬਾਡੀਆਂ ਬੂਡੀਆਂ ਖਤਮ ਹੋ ਗਈਆਂ, ਕੰਮ ਫੇਰ ਭੱਖ ਜਾਊਗਾ ਤੇ ਫੇਰ ਮਈਆਂ ਦਾ ਕੰਮ ਸਿਰਾ ਹੋ ਜਾਊਗਾ। ਤੇ ਅੱਜ ਦਿਖਾਵਾਂਗੇ ਤੁਹਾਨੂੰ ਧਨੌਲਾ ਮੰਡੀ ਦੀਆਂ ਝੋਟੀਆਂ ਕੀ ਰੇਟ ਨੇ, ਅੱਜ ਮੰਡੀ ਦੇ ਕਿਸ ਤਰ੍ਹਾਂ ਦਾ ਜਾਨਵਰ ਪਹੁੰਚਿਆ ਹੋਇਆ ਤੇ ਵਪਾਰੀ ਸੱਜਣਾ ਨਾਲ ਵੀ ਕਰਾਵਾਂਗੇ ਗੱਲਬਾਤ। ਲੈ ਪਹਿਲਾਂ ਆਪਾਂ ਮਿਲਾਉਂਦੇ ਆ ਸੱਜਣੋ ਜੱਗੂ ਨਾਲ, ਮਿਲਾਉਂਦੇ ਆ ਪਟਾਲ ਵਾਲੇ ਨਾਲ। ਆ ਜਾ ਜੱਗੂ ਫਿਰ, ਹੋਰ ਕੀ ਹਾਲ ਆ? ਬਹੁਤ ਵਧੀਆ ਜੀ, ਕਿਵੇਂ ਚੱਲਦਾ ਕੰਮਕਾਰ? ਕੰਮਕਾਰ ਵਧੀਆ ਚੱਲਦਾ, ਚੱਲਦਾ ਓਕੇ ਜੀ ਰਿਪੋਰਟ ਆ। ਹਾਂ ਵਧੀਆ ਚੱਲਦਾ, ਵੀ ਹੁਣ ਥੋੜਾ ਜਿਹਾ ਲੱਗਦਾ ਜਿਵੇਂ ਬਾਡੀ ਚੱਲ ਪਈ ਹੈ ਨਾ, ਰੁਕੂ ਕੁਛ ਅਸਰ ਤਾਂ ਪੈਂਦਾ? ਹਾਂ ਥੋੜਾ ਬਹੁਤ ਹੀ ਪਊਗਾ, ਜਿਵੇਂ ਆਪਾਂ ਹਰੇਕ ਸਾਲਾਂ ਨੂੰ ਮੇਰਾ ਖਿਆਲ ਹੈ ਐਤਕੀ ਕੰਮ ਤੇਜ਼ ਰਿਹਾ ਹੈ ਨਾ? ਨਾ ਤੇਜ਼ ਹੈ, ਹਾਂ ਆ ਕੰਮ ਐਤਕੀ ਰਿਹਾ ਤੇਜ਼। ਆ ਝੋਟੀ ਤੇ ਮਾਰਦੇ ਤਰਸ ਕੈਮਰਾ, ਇੱਕ ਨੰਬਰ ਵਾਲੀ ਤੇ ਜੱਗੂ। ਸੂਆ ਕਿਹੜਾ ਦਾ? ਇਹ ਪਹਿਲਾ ਸੂਆ ਹੈ ਬਾਈ, ਪਹਿਲਾ ਸੂਆ। ਲੈ ਤੋੜ ਕੇ ਦਿਖਾ ਦੇ, ਚਾਰ ਦੰਦ ਕੱਟੀ ਹੈ। ਲੈ ਸੱਜਣੋ ਇਹ ਝੋਟੀ ਹੈਗੀ ਆ ਪਹਿਲਾ ਸੂਆ। ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਚਾਹੁੰਦਾ ਵੀ ਜੱਗੂ ਮਾਲ ਜਿੰਨਾ ਖਰੀਦਦਾ ਬਾਈ, ਖਰੀਦਦਾ ਹਰਿਆਣੇ ਚੋਂ ਆ ਤੇ ਪਹਿਲਣ ਦੇ ਹਿਸਾਬ ਨਾਲ ਯਾਰ ਜੇ ਝੋਟੀ ਦੀ ਗੱਲ ਕਰ ਲਈਏ ਬਾਈ, ਇਹਦੀ ਬਾਡੀ ਬੂਡੀ ਦੀ ਗੱਲ ਕਰ ਲਈਏ, ਤਰਸ ਲੇਵੇ ਲੂਵੇ ਤੇ ਮਾਰਦੀ ਕੈਮਰਾ, ਹਰੇਕ ਪੱਖ ਤੋਂ 5-star ਝੋਟੀ ਆ, ਕਿਸੇ ਪੱਖ ਤੋਂ ਹੱਥ ਨਹੀਂ ਧਰਾਉਂਦੀ। ਜੇ ਆਪਾਂ ਇਹਦੀ ਗੱਲ ਕਰ ਲਈਏ ਸੱਜਣੋ, ਉੱਤੋਂ ਬਾਡੀ ਬੂਡੀ ਦੀ, ਪੁੱਠੇ ਪੱਠੇ ਦੀ ਤੇ ਇਹਦੇ ਥਣਾ ਥੁਣਾ ਦੀ ਬਾਈ, ਥਣ ਥੁਣ ਵੀ ਐ ਲੱਗਾ ਪੂਰੀ ਦੂਰੀ ਤੇ ਜੇ ਗੱਲ ਕਰ ਲਈਏ ਬਾਈ, ਇੱਥੇ ਤਾਂ ਕਮਾਲ ਆ ਬਾਈ। ਉਹੀ ਗੱਲ ਆ ਜਿਵੇਂ ਪਹਿਲਣ ਦੇ ਹਿਸਾਬ ਨਾਲ ਵੀ ਪੂਰੇ ਫੁੱਲ ਵੱਡੇ ਕੱਦ ਕਾਠ ਚ ਆ ਤੇ ਸਿੰਗ ਸੁੰਗ ਦੀ ਬਿਲਕੁਲ ਕੁੰਡੀ ਆ ਤੇ ਦੁੱਧ ਵਾਲਾ ਜਾਨਵਰ ਵੀ ਆ ਸੱਜਣੋ, ਇਹ ਜਾਨਵਰ ਮੇਲੇ ਚ ਪਾਉਣ ਵਾਲਾ ਜਾਨਵਰ ਵੀ ਆ ਬਾਈ। ਇੱਥੇ ਤੋਂ ਦਿਖਾ ਦੀ ਤਰਸ ਸਾਰੀ ਬਾਡੀ ਰੱਖ ਕੇ ਕੈਮਰਾ ਬੈਕ ਤੇ ਜਦੋਂ ਜਾਊਗੀ ਝੋਟੀ ਤੇ ਸਾਈਡ ਤੋਂ ਵੀ ਲੇਵਾ ਲੂਵਾ ਦਿਖਾ ਦੇ ਅਗਲੇ ਬੰਨੇ ਥਣ ਥੁਣ ਤਾਂ ਉਹੀ ਗੱਲ ਆ ਵੀ ਬਾ ਕਮਾਲ ਹੀ ਲੱਗੇ ਨੇ। ਕਿਸੇ ਵੀ ਪੱਖ ਤੋਂ ਜਰ ਜੇ ਗੱਲ ਕਰ ਲਈਏ ਵੀ ਝੋਟੀ ਇਹ ਹੱਥ ਧਰਾਉਂਦੀ ਨਹੀਂ, ਦੰਦਾਂ 'ਚ ਕਿਵੇਂ ਲੱਗੂ? ਇਹ ਚੌਗੀ ਆ ਬਾਈ, ਦੰਦਾਂ 'ਚ ਚੌਗੀ ਆ ਤਰਸ, ਬੱਚੇ ਤੇ ਵੀ ਮਾਰਦੀ ਕੈਮਰਾ। ਓਏ ਬੱਚਾ ਕੀ ਆ ਨਾਲ ਇਹਦੇ? ਬੱਚਾ ਕੱਟੀ ਆ ਬਾਈ। ਅੱਛਾ ਮਾਂਗਰੇ ਦੇ ਕੱਟੀ ਆ, ਇੱਕ ਨਾਲ ਇੱਕ ਨਗੀਨਾ ਫ੍ਰੀ ਆ ਜੇ ਗੱਲ ਕਰ ਲਈਏ। ਹਾਂ ਤੇ ਹੁਣ ਸੂਈ ਕਾ ਦਿੰਦੀ ਆ? ਇਹਨੂੰ ਹੋ ਗਏ ਬਾਈ ਸੂਈ ਨੂੰ 15 ਦਿਨ। 15 ਦਿਨ ਦੀ ਸੂਈ ਥਲੇ ਦੁੱਧ ਕਿੰਨਾ ਰੈਡੀ ਦਾ? ਦੁੱਧ ਕੰਡੇ ਦਾ 17 ਕਿਲੋ। ਕੰਡੇ ਦਾ 17 ਕਿਲੋ? ਹਾਂਜੀ ਹਾਂਜੀ, ਰੀਜਨਲ ਰੈਡੀ ਆ ਕਹਿਣ ਕੋ। ਹਾਂ ਹਾਂ, ਆਪਾਂ ਦਿਖਾ ਕੇ ਦੇਵਾਂਗੇ 3 ਟਾਈਮ। ਲੈ ਕੰਡੇ ਦਾ ਦੁੱਧ ਬਾਈ ਕਹਿੰਦਾ 17 ਕਿਲੋ ਆ, ਮੂੰਹੋਂ ਹੈਗੀ ਆ 4 ਦੰਦ, ਇੱਕ ਵਾਰੀ ਫੇਸ ਕੁਆਲਿਟੀ ਦਿਖਾ ਦੇ ਨਾਲ ਇਹਦੇ ਕੱਟੀ ਆ ਦੁੱਧ ਹੈਗਾ ਇਹਦੇ ਥੱਲੇ ਬਾਈ 17 ਕਿਲੋ। ਤੇ ਬਾਕੀ ਮੇਨ ਗੱਲ ਆ ਜਿਹੜੀ ਖਰੀਦ ਇਹ ਸੱਜਣਾ ਦੀ ਅਕਸਰ ਹਸਾਰ ਏਰੀਏ ਦੀ ਰਹਿੰਦੀ ਆ ਹਰਿਆਣੇ ਦੀ। ਪੈਸੇ ਇਹਦੇ ਕਿੰਨੇ ਲਵਾਂਗੇ ਜੱਗੂ? ਪੈਸੇ ਦਾ 3.5 ਲੱਖ ਰੁਪਇਆ ਮੰਗ। 3.5 ਲੱਖ ਤਾਂ ਮੰਗਦਾ, ਦੇਵੇਂਗਾ ਕਿੰਨੇ ਦੀ? 3 ਲੱਖ ਦੀ ਦੇਵਾਂਗੇ ਬਾਈ। ਹੈ 3 ਦੀ? 3 ਲੱਖ ਦੀ? ਹਾਂ ਛੱਡ ਦਾਂਗੇ 3 ਚੋਂ, ਕਰ ਦਾਂਗੇ ਬਸ ਮਾਨਤਾਣੇ ਹੋਊਗਾ ਛੋਟ ਛੱਪਾ। ਅੱਛਾ ਮਾਨਤਾਨ ਛੋਟ ਛੱਪਾ ਕਰ ਦਾਂਗੇ ਤੇ ਬਾਕੀ ਝੋਟੀ ਚੰਗੀ ਆ ਤਰਸ, ਹੁਣ ਮਾਰ ਦਿਓ ਅਗਲੇ ਬੰਨੇ ਵਿਊ ਕਰਕੇ ਦਿਖਾ ਦੇ ਲੇਵਾ। ਉਹੀ ਆ ਜਿਵੇਂ ਕਹਿੰਦੇ ਹੁੰਨੇ ਵੀ ਆਪਾਂ ਕੱਟ ਵਾਲਾ ਲੇਵਾ ਜਾਂ ਜਿਵੇਂ ਲੇਵੇ 'ਚ ਕਹਿ ਦਿੰਦੇ ਯਾਰ ਕੂਪ ਬਣੇ ਹੋਏ ਹੈ ਨਾ, ਉਹ ਚੰਗੀ ਬਹੁਤ ਆ ਜੋ ਵੱਡੀ ਬਹੁਤ ਆ ਦੇਖਣਾ, ਵੱਡੀ ਬੁੱਢੀ ਬਹੁਤ ਆ। ਉਹੀ ਗੱਲ ਆ ਬਹੁਤ ਕਿੰਨੀ ਕਿੰਨੀ ਦੂਰ ਤੇ ਥਣ ਲੱਗੇ ਦੇ ਵੀ ਗੱਲ ਕਰ ਲਈਏ ਯਾਰ, ਜੇ ਦੂਜੇ ਤੀਜੇ ਜਿਵੇਂ ਆਪਣੀਆਂ ਮੱਝਾਂ ਜਾ ਕੇ ਤਿਆਰ ਹੁੰਦੀਆਂ ਓਡਾ ਕੱਦ ਕਾਠ ਇਹਦਾ, ਹੁਣ ਪਹਿਲੇ ਸੂਈ ਦਾ ਤਿਆਰ। ਹਾਂਜੀ ਹਾਂਜੀ ਹਾਂਜੀ, ਲੈ ਇਹ ਮਿਲੂਗੀ 3 ਲੱਖ ਦੀ। ਹੁਣ ਤਰਸ ਮਾਰ ਦੇ ਤੇ ਕੈਮਰਾ, ਮੇਰੇ ਤੇ ਤਾਂ ਚਾਹੇ ਘੱਟੇ ਮਾਰੀ, ਅੱਜ ਅੱਜ ਮੰਡੀ ਵਾਲੀਆਂ ਮਹੀਆਂ ਦੀ ਕਰਾ ਦੇ, ਤਸੱਲੀ ਦਿਖਾ ਦੇ ਹਰੇਕ ਪੱਖ ਤੋਂ। ਇਹ ਵੀ ਤੋੜ ਦੇ ਜੱਗੂ ਖੋਲ ਕੇ।
ਇਹਦਾ ਕਿਹੜਾ ਸੂਆ? ਇਹ ਵੀ ਬਲੂਨ ਹੈ ਜੀ। ਇਹ ਪਹਿਲਣਾ, ਇਹ ਕਿਵੇਂ ਭਲ ਭੁਲ ਜੀ ਲੱਗਦਾ? ਇਹ ਪਲਾਂ ਕਰ ਗਈ ਵੈ, ਗੁਰਗਲ ਖਾ ਗਈ, ਪਲ ਕਰ ਗਈ। ਉਹਦਾ ਪਾਇਆ ਹੂ ਤਾਂ ਫੇਰ ਹੀ ਖਾਦਾ। ਹਾਂ ਹਾਂ, ਕਿਹੜਾ ਗੱਟੇ ਚੋਂ ਖਾ ਗਈ? ਖਾਣ ਨੂੰ ਬਹੁਤ ਤਕੜੀ ਹੈ ਝੋਟੀ। ਅੱਛਾ, ਖਾਣ ਖੂਣ ਨੂੰ ਚੰਗੀ ਆ, ਸੂਆ ਪਹਿਲਾਂ ਦੰਦਾਂ 'ਚ ਕਿਵੇਂ ਆ? ਇਹ ਦੰਦਾਂ 'ਚ ਛਿੱਗੀ ਹੈ, 6 ਦੰਦ। ਹਾਂ, ਬਾਡੀ ਬੂਟੀ ਸੱਜਣ ਇਹਦੀ ਵੀ ਚੰਗੀ ਆ, ਥੋੜੀ ਜਿਹੀ ਭਲ ਜ਼ਰੂਰ ਕਰੀ ਹੋਈ ਆ। ਦਰਸ ਲੇਵੇ ਦੇ ਨੇੜੇ ਲਾ ਕੇ ਦਿਖਾ ਦੀ, ਬਾਕੀ ਲੇਵੇ ਤੇ ਨਾੜਾਂ ਨੂੜਾਂ ਬਹੁਤ ਨੇ। ਤੇ ਇਹ ਹੈਗੀ ਆ ਬਾਈ ਸਟੀਕ ਕਾਟਰ ਦੀ, ਬਸ ਘੁਮਾ ਲਓ ਜੀ, ਇੱਥੋਂ ਘੁਮਾ ਲਓ। ਲੈ ਇੱਕ ਵਾਰੀ ਇੱਥੇ ਤੋਂ ਫੇਸ ਕੁਆਲਿਟੀ ਤੇ ਮਾਰਦੀ ਕੈਮਰਾ, ਤੇ ਸਾਈਡ ਤੋਂ ਵੀ ਦਿਖਾ ਦੇ ਆਰਡਰ, ਤੇ ਬੈਕ ਤੋਂ ਬਾਡੀ ਬੂਟੀ ਹਰੇਕ ਪੱਖ ਤੋਂ ਦਿਖਾ ਦੀ। ਅੱਜ ਸੱਜਣੋ ਪਹੁੰਚੇ ਹੋਏ ਆ ਧਨੌਲਾ ਮੰਡੀ। ਧਨੌਲਾ ਮੰਡੀ ਦੇ ਜਾਨਵਰਾਂ ਦੇ ਕੀ ਰੇਟ ਚੱਲਦੇ ਨੇ ਕਰਾ ਦਾਂਗੇ ਜਾਣੂ। ਤੇ ਉਹੀ ਗੱਲ ਆ ਵੀ ਭਲ ਝੋਟੀ ਨੂੰ ਜ਼ਰੂਰ ਆ, ਪਰ ਜੇ ਆਰਡਰ ਦੀ ਗੱਲ ਕਰ ਲਈ ਨਾ, ਇਹਦਾ ਸਟੀਕ ਆਰਡਰ ਹੈ। ਤੇ ਹੈਗਾ ਵੀ ਨਾੜਾਂ ਵਾਲਾ, ਉਰਲੇ ਪਾਸਿਓਂ ਦਿਖਾ ਦੇ ਦਰਸ, ਅਗਲੇ ਬੰਦੇ ਨਾੜਾਂ ਨੂੜਾਂ ਦਿਖਾ ਦੇ। ਲੇਵੇ ਤੇ ਕਿੰਨੀਆਂ ਨੇ? ਇਹ ਜੱਗੂ ਕਹਿ ਦਿੰਦੀ ਸੂਈ ਆ, ਇਹਨੂੰ ਹੋ ਗਏ 10 ਦਿਨ ਸੂਈ। ਇਹਦੇ ਨਾਲ ਬੱਚਾ ਕੀ ਆ? ਇਹਦੇ ਨਾਲ ਵੀ ਕੱਟੀ ਆ। ਅੱਛਾ, ਇਹਦੇ ਨਾਲ ਵੀ ਕੱਟੀ ਆ, ਜੇ ਗੱਲ ਕਰ ਲਈਏ ਦੋਨੇ ਜਾਨਵਰਾਂ ਵਾਂਗਰੀ ਕੱਟੀਆਂ ਨੇ। ਹਾਂਜੀ ਹਾਂ, ਕੱਟੀ। ਇਹਦੇ ਥੱਲੇ ਦੁੱਧ ਕਿੰਨਾ ਕਰੇਡੀ ਦਾ? ਇਹਦੇ ਥੱਲੇ 14। ਨਾ ਦੱਸੀ ਚਾਹੇ ਅੱਧਾ ਕਿਲੋ ਘੱਟ। ਨਾ ਨਾ ਨਾ, ਆਪਾਂ ਜਿੰਨਾ ਹੈਗਾ ਉਨਾ ਹੀ ਦੱਸਾਂਗੇ। ਐ ਨਹੀਂ ਹੈਗਾ ਵੀ ਆਪਾਂ 14 ਵਾਲੀ ਨੂੰ 17 ਕਹਿ ਦਾਂਗੇ, 17 ਵਾਲੀ ਨੂੰ 20, ਉਹ ਕੰਮ ਨਹੀਂ। ਇਹਦੇ ਥੱਲੇ ਹੈਗਾ 14 ਲੀਟਰ, ਤੇ ਸਿੰਘ ਸੁੰਗ ਦੀ ਕੁਆਲਿਟੀ ਵੀ ਬਿਲਕੁਲ ਕੁੰਡੇ ਸਿੰਘਾਂ ਚ, ਬਾਡੀ ਬੂਟੀ ਦੀ ਵੀ ਬਣਤਰ ਚੰਗੀ ਆ। ਤੇ ਛੱਡ ਕਿੰਨੇ ਪੈਸੇ ਦੀ ਦੇਵਾਂਗੇ? ਇਹ ਚੋਟੀ ਦੇ ਦਾਂਗੇ 1,70,000। ਇਹ ਦੇ ਦਾਂਗੇ 1,70,000 ਦੀ, ਤੇ ਨਾਲ ਇਹਦੇ ਕੱਟੀ ਫ੍ਰੀ ਮਿਲੂਗੀ। ਹਾਂ, ਕੱਦ ਕੁੱਦ ਬਹੁਤ ਹੈ ਚੋਟੀ ਦਾ, ਪੁੱਠਾ ਪੱਠਾ ਦੇ ਸਾਰਾ ਕੱਦ ਕਾਠ ਚੰਗਾ। ਉਹੀ ਗੱਲ ਹੈ ਵੀ ਠੰਡੀ ਇੰਨੀ ਹੈ ਬਾਈ। ਹਾਂਜੀ, ਜਿਵੇਂ ਪਲੂਣ ਹੈ ਤੇ ਜਿਵੇਂ ਮਰਜ਼ੀ ਹੋ ਗਈ। ਠੀਕ ਹੈ ਗੱਲ ਹੈ। ਉਹ ਤੇ ਬਾਕੀ ਮੇਨ ਗੱਲ ਆ ਯਾਰ, ਜਿਹੜੀ ਹਰਿਆਣੇ ਦੇ ਜਾਨਵਰਾਂ ਦੀ ਬਰੀਡ ਹੀ ਚੰਗੀ ਆ। ਹਾਂ, ਬਰੀਕ ਚਮੜੀ ਇਹਦੇ, ਆ ਬਰੀਕ ਕਾਗਜ਼ ਵਰਗੀ ਚਮੜੀ ਪਈ ਹੈ। ਤੇ ਬਾਕੀ ਦੁੱਧ ਤਾਂ ਸੱਜਣੋ ਤੁਹਾਡੀ ਯਾਰ ਸੇਵਾ ਨੇ ਦੇਣਾ ਹੁੰਦਾ। ਕਈ ਵਾਰੀ ਜਾਨਵਰ ਨੂੰ ਬੰਨ ਕੇ ਆਪਾਂ ਪਾ ਕੇ ਇਕੱਲੇ ਕੱਖ ਉਹਦੇ ਕਰੀ ਝਾਕਦੇ ਨਹੀਂ, ਉਹਨੇ ਵੀ ਦੁੱਧ ਨਹੀਂ ਦੇਣਾ ਹੁੰਦਾ, ਦੁੱਧ ਦੇਣਾ ਹੁੰਦਾ ਸੇਵਾ ਨੇ। ਹਾਂਜੀ ਹਾਂਜੀ। ਜਮੀ ਲਾਸਟ ਕਿੰਨੇ ਦੀ ਹੋ ਜੂਗੀ? ਬਸ ਛੋਟ ਛੱਪਾ ਕਰਦਾਂਗੇ ਜੋ ਆਪਾਂ ਨੇ ਤਾਂ ਬਸ ਸੱਠ ਸੁੱਠ ਦੀ ਨਹੀਂ ਕਰਦੇ ਨਾ, ਪੈਸੇ ਬਟਨ ਵਾਲੇ ਹੀ ਮੰਗੇ ਨੇ ਬਸ। ਅੱਛਾ, ਆ ਦਿੰਦਾ ਨਹੀਂ ਯਾਰ ਕੋਈ, ਪਿੱਛੇ ਰਹਿਣ ਦੀ ਮਿਲਦੀ ਨਹੀਂ। ਹਾਂ, ਟਾਈਟ ਹੋ ਰਿਹਾ ਕੰਮ। ਹਾਂ, ਥੋੜਾ ਟਾਈਟ ਹੋ ਰਿਹਾ, ਪਸ਼ੂ ਘਟ ਗਏ, ਸੂਆ ਘਟ ਰਿਹਾ। ਠੀਕ ਹੈ ਗੱਲ। ਨੰਬਰ ਬੋਲ ਦਿਓ ਆਪਣਾ। ਨੰਬਰ 98-150-095-92। ਇੱਕ ਵਾਰੀ ਫਿਰ ਬੋਲ ਦਿਓ, 98-150-095-92। ਘਰੇ ਵੀ ਹੁੰਦੇ ਆ ਜਾਨਵਰ ਆਪਣੇ? ਘਰੇ ਹੈਗੇ ਨੇ। ਹਾਂ, ਕਿੰਨੇ? ਦੋ ਝੋਟੀਆਂ ਨੇ। ਅੱਛਾ, ਦੋ ਝੋਟੀਆਂ ਘਰੇ ਨੇ। ਹਾਂ, ਲੈ ਸੱਜਣੋ ਘਰੇ ਵੀ ਜੇ ਗੱਲ ਕਰ ਲਈਏ ਬਾਈ, ਕਹਿੰਦਾ 2-4 ਜਾਨਵਰ ਆਪਣੇ ਕੋਲੇ ਹਰ ਵਕਤ ਰੈਡੀ ਹੁੰਦੇ ਨੇ ਘਰੇ, ਕਿਉਂਕਿ ਹਰਿਆਣੇ 'ਚ ਬਾਈ ਦੀ ਖਰੀਦ ਆ। ਤੇ ਇਹਨਾਂ 'ਚੋਂ ਵੀ ਜਿਹੜਾ ਜਾਨਵਰ ਪਸੰਦ ਆਊਗਾ ਤੁਸੀਂ ਜੱਬੂ ਨਾਲ ਫੋਨ ਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ। ਤੇ ਬਾਕੀ ਆ ਜਾਓ, ਅੱਗੇ ਲੈ ਕੇ ਚੱਲਦੇ ਆ ਮੰਡੀ ਦੇ, ਹੋਰ ਵੀ ਦਿਖਾਉਂਦੇ ਆ ਜਾਨਵਰ, ਤੇ ਮੰਡੀ ਦੇ ਰੇਟਾਂ ਤੋਂ ਵੀ ਸੱਜਣੋ ਤੁਹਾਨੂੰ ਕਰਾਵਾਂਗੇ ਜਾਣੂ ਅੱਜ। ਲੈ ਸੱਜਣੋ, ਝੋਟੀ ਧਨੌਲਾ ਮੰਡੀ ਤੋਂ ਬਾਈ ਇੱਕ ਤੁਹਾਨੂੰ ਆਪਾਂ ਹੋਰ ਲੱਗਿਆ ਤੋਰ ਕੇ ਦਿਖਾਉਣਾ, ਤੇ ਬਾਕੀ ਡਿਟੇਲ ਇਹਦੀ ਪੁੱਛਾਂਗੇ ਬਾਈ ਨੂੰ। ਆਰਡਰ ਦੀ ਥੋੜੇ ਜਿਹੇ ਪੱਕੇ ਪੱਕੇ ਲੇਵੇ ਦੀ, ਜਿਵੇਂ ਕਹਿ ਦਿੰਦੇ ਨਾ ਬੰਦ ਲੇਵੇ ਦੀ, ਬੰਦ ਲੇਵੇ ਦਾ ਜਾਨਵਰ ਵੀ ਸੱਜਣੋ ਦੁੱਧ ਅਕਸਰ ਪਾਸ ਨਾ ਹੁੰਦਾ, ਇਹੀ ਜੀ ਗੱਲ ਨਹੀਂ। ਤੇ ਥਣ ਥੁਣ ਵੀ ਝੋਟੀ ਨੂੰ ਚੰਗਾ ਲੱਗਿਆ, ਤੇ ਬਾਕੀ ਅਗਲੀ ਡਿਟੇਲ ਤੁਹਾਡੀ ਗੱਲਬਾਤ ਬਾਈ ਨਾਲ ਕਰਾਉਣਾ ਵੀ ਕੀ ਸਿਸਟਮ ਆ, ਕੀ ਗੱਲਬਾਤ ਆ, ਕਿਹੜਾ ਸੂਆ ਇਹਦਾ? ਸੂਆ ਦੂਜਾ ਜੀ। ਸੂਆ ਦੂਜਾ, ਸਿੰਘ ਥੋੜਾ ਜਿਹਾ ਖੁੱਲਾ ਲੱਗਦਾ ਹਨਾ? ਹਾਂਜੀ ਹਾਂ, ਸਿੰਘ ਦੇ ਹਿਸਾਬ ਨਾਲ ਤੀਜਾ ਲੱਗਦੀ ਆ। ਸੂਆ ਦੂਜਾ ਜੀ, ਖਰੀਦੀ ਹੋਈ ਆਪਣੀ? ਹਾਂਜੀ ਹਾਂਜੀ। ਅੱਛਾ, ਉਹ ਕਈ ਵਾਰੀ ਹੋ ਜਾਣਾ ਕੰਮ ਇੱਧਰ ਉੱਧਰ, ਇੱਕ ਅੱਧਾ ਸੂਆ ਖਰੀਦਦਾਰ ਕਰ ਦਿੰਦੇ ਨੇ। ਨਾਂ ਕੀ ਆਪਣਾ? ਸਾਹਿਲ ਖਾਨ ਜੀ। ਉੱਚੀ ਬੋਲ ਥੋੜਾ। ਸਾਹਿਲ ਖਾਨ ਜੀ। ਸਾਹਿਲ ਖਾਨ, ਪਿੰਡ ਕਿਹੜਾ? ਸਾਹਿਲ ਜਹਾਂਗੀਰ ਜੀ। ਪਿੰਡ ਜਹਾਂਗੀਰ, ਕੰਮ ਵਪਾਰ ਦਾ? ਕੰਮ ਵਪਾਰ। ਅੱਛਾ, ਕਿੰਨੇ ਕੁ ਦਿਨ ਦੀ ਸੂਈ ਆ ਇਹ? ਗੱਲ ਕਰ ਹੋ ਗਿਆ ਜੀ, ਅੱਜ ਇਹਨੂੰ 10 ਦਿਨ ਹੋ ਗਏ ਸੂਈ। 10 ਦਿਨਾਂ ਦੀ ਸੂਈ, ਤੇ ਬੱਚਾ ਨਾਲ ਬਾਈ ਕੀ ਇਹਦੇ? ਬੱਚਾ ਮਗਰ ਕੱਟੀ ਆ ਜੀ। ਆ ਬੱਚਾ ਇਹਦੇ ਮਗਰ ਕੱਟੀ ਆ, ਦਰਸ ਕੱਟੀ ਤੇ ਵੀ ਮਾਰਦੀ ਕੈਮਰਾ, ਤੇ ਝੋਟੀ ਨੂੰ ਵੀ ਦਿਖਾ ਦੇ ਆਲੇ ਦਾਣੇ, ਬੈਕ ਤੋਂ ਦਿਖਾ ਦੇ ਇਹਦੀ ਬੰਤਰ ਬੰਤਰ। ਦੁੱਧ ਕਿੰਨਾ ਰੈਡੀ ਦਾ? ਦੁੱਧ ਵੀਰੇ ਸਹੀ, ਇਹਦੇ ਥੱਲੇ 14 ਕਿਲੋ ਹੈਗਾ ਪੱਕਾ। 14 ਕਿਲੋ? ਉਹ ਲੇਵਾ ਯਾਰ ਬੰਦ ਜਿਹਾ ਦਿਖਾਉਂਦੀ ਆ ਹਨਾ? ਲੇਵੇ, ਪੱਕੇ ਲੇਵੇ। ਹਾਂ, ਪੱਕੇ ਲੇਵੇ ਜਾਂ ਲੇਵਾ ਥੋੜਾ ਜਿਹਾ ਬੰਦ ਜਿਹਾ ਰੱਖਦੇ ਆ ਸੱਜਣਾ, ਉਹ ਹਿਸਾਬ ਨਾਲ ਜੱਜਮੈਂਟ ਬਾਈ ਤੁਸੀਂ ਇਹਦੀ ਕਰ ਲਿਓ। ਪੈਸੇ ਕਿੰਨੇ ਲਵਾਂਗੇ? ਪੈਸੇ ਮੁੱਲ ਤਾਂ ਜੀ 2 ਲੱਖ ਕਰਦੇ। ਉਹ 2 ਲੱਖ ਦਾ ਬਹੁਤ ਭੈੜਾ ਮੁੱਲ ਕਰਤਾ ਇਹਦਾ।
ਵਪਾਰੀ ਦੋਸਤ ਦਿੰਦੇ ਨੇ ਵੀ ਤੁਸੀਂ ਮੰਡੀ ਤੋਂ ਮੈਂ ਮਹਿੰਗੀ ਕਰਾ ਲੈਣੇ ਹੋ, ਹੁਣ ਮੈਸਾਂ ਮਹਿੰਗੀਆਂ, ਗੱਲ ਸੁਣ ਲਾ, ਹੁਣ ਪਿੰਡਾਂ ਚ ਮੈਸਾਂ ਮਹਿੰਗੀਆਂ, ਤੂੰ ਕਰਾਏਗਾ 2 ਲੱਖ ਮੰਗ ਕੇ ਦਾ, ਉਹ ਲੱਖ ਦੇ ਅੰਦਰ ਦੱਸ ਕਿੰਨੇ ਦੀ ਹੋ ਜੂਗੀ ਇਹ, ਜਿੰਨੇ ਰੁਪਏ ਉੱਠਦੇ ਉਹਨੇ ਪੈਸੇ ਮੰਗ ਲਾ, 40 ਦੀ ਝੋਟੀ ਦੇ ਦੇ, 40 ਵੀ ਜ਼ਿਆਦੇ ਆ, ਨਹੀਂ ਬਈ ਤੂੰ ਤੇਰੀ ਮਰਜ਼ੀ ਆ, ਤੇਰਾ ਜਾਨਵਰਾ, ਨਹੀਂ ਝੋਟੀ ਚੰਗੀ ਆ, ਦੁੱਧ ਹੈਗਾ ਝੋਟੀ ਫਿਰ 14 ਕਿਲੋ, ਅੱਛਾ ਚੋਣ ਦਾ ਪੱਕਾ, ਠੀਕ ਆ ਗੱਲ, ਲੈ ਵੀ ਹੁਣ ਵਪਾਰੀ ਸੱਜਣ ਮੈਨੂੰ ਦੋਸ਼ ਨਾ ਦੇਣ ਵੀ ਕੁੜੀ ਤੈ ਮੈਂ ਸਮਝਾ ਕਰਦੇ ਆ, ਮੈਂ ਸਮਝਾ ਸੋਡੇ ਬੰਦੀ ਕਰਦੇ ਨੇ ਬਾਈ, ਹੁਣ 2 ਲੱਖ ਆ ਝੋਟੀ ਦਾ ਇਹ ਸੱਜਣ ਮੰਗਣ ਲੱਗ ਰਿਹਾ, ਪਰ ਇਹ 2 ਲੱਖ ਰੁਪਇਆ ਯਾਰ ਓਟਦੀ ਨਹੀਂ, ਮੈਂ ਬਾਈ ਦੇ ਮੂੰਹ ਤੇ ਆਖੂੰਗਾ ਗੱਲ, ਨੰਬਰ ਬੋਲ ਦੇ ਤੇਰਾ ਬਾਈ, 62392 ਜੀ, ਹਾਂਜੀ 80500, ਲੈ ਸੱਜਣ ਨੂੰ ਯਾਰ ਫੋਨ ਲਾ ਕੇ ਸੰਪਰਕ ਜ਼ਰੂਰ ਕਰਿਓ, ਇਹ ਜਾਨਵਰ ਬਾਰੇ ਨਾ ਬਾਈ ਤੇ ਜਾਣਕਾਰੀ ਜ਼ਰੂਰ ਲਿਓ, ਤੇ ਬਾਕੀ ਅੱਗੇ ਲੈ ਕੇ ਚੱਲਦੇ ਮੰਡੀ 'ਚ ਹੋਰ ਵੀ ਦਿਖਾਉਣੇ ਆ ਜਾਨਵਰ ਤੁਹਾਨੂੰ, ਯਾਰ ਅਗਲੇ ਬੰਦੇ ਦੇ ਬੈਕ ਤੋਂ ਲੇਵਾ ਦਿਖਾਣੀ ਚਲਾ ਦੇ, ਲੈ ਸੱਜਣਾ ਝੋਟੀ ਇੱਕ ਹੋਰ ਲੱਗਿਆ ਤੋਰਨਾ, ਇਹ ਮੋਗੇ ਏਰੀਆ ਵਾਲਾ ਗੋਲਟੀ ਮੰਡੀ ਦੇ ਵਿੱਚ ਝੋਟੀ ਲਈ ਫਿਰਦਾ ਬਾਈ, ਕੰਮ ਇਹਦਾ ਜਾਨਵਰ ਦਬਾਉਣ ਦਾ ਵੀ ਆ, ਤੇ ਜਾਨਵਰ ਇਹ ਮੰਡੀ 'ਚ ਮੇਰਾ ਖਿਆਲ ਲੈ ਵੀ ਆਉਂਦਾ, ਲੇਵਾ ਲੂਵਾ ਦਾ ਬਹੁਤ ਆ ਝੋਟੀ ਦਾ, ਆ ਕੱਦ ਕਾਠ ਵੀ ਠੀਕ ਆ, ਤੇ ਥੱਲਿਓ ਜੇ ਗੱਲ ਕਰ ਲਈ ਨਾ ਥੱਲਿਓ ਝੋਟੀ ਚੰਗੀ ਆ ਵੀ, ਸਿੰਘ ਥੋੜਾ ਜਿਹਾ ਜ਼ਰੂਰ ਖੁੱਲਾ ਇਹਦਾ, ਤੇ ਬਾਕੀ ਅਗਲੀ ਡਿਟੇਲ ਨਾ ਤੁਹਾਡੀ ਫਿਰ ਗੋਲਟੀ ਨਾਲ ਕਰਾਉਂਦੇ ਆ ਗੱਲਬਾਤ ਵੀ, ਕੀ ਕਹਿੰਦਾ ਗੋਲਟੀ, ਕਿੰਨੇ ਕੁ ਮੰਗਦਾ ਇਹਦੇ ਸੱਜਣੋ ਰੁਪਈਏ, ਤੇ ਥਣ ਲੱਗਿਆ ਬਾਈ, ਚੰਗਾ ਲੱਗਿਆ ਵੀ ਦੂਰੀ ਤੇ ਆ, ਤੇ ਲੇਵਾ ਵੀ ਯਾਰ ਝੋਟੀ ਦਾ ਜੇ ਗੱਲ ਕਰ ਲਈਏ, ਚੰਗਾ ਬਾਈ ਲੈ ਜਾ ਗੋਲਟੀ ਉਰਾਂ ਨੂੰ, ਰੁਪਈਏ ਕਿੰਨੇ ਪਹਿਲੇ ਨਾਂ ਦੱਸ ਦੇ ਤੇਰਾ, ਮੇਰਾ ਨਾਮ ਗੋਲਟੀ ਹੈ, ਗੋਲਟੀ ਸਿੰਘ, ਕੰਮ ਮੇਰਾ ਖਿਆਲ ਆ ਪ੍ਰੋਫੈਸ਼ਨਲ ਜ਼ਿਆਦੇ ਆਪਣਾ ਦਲਾਲੀ ਦਾ, ਦਲਾਲੀ ਦਾ ਮੰਗਾ ਵੀ ਲੈ ਲਈ ਦੀ, ਚੰਗੀ ਚੰਗੀ ਕੋਈ ਮਿਲੇ ਲੈ ਵੀ ਲਈ ਦੀ, ਅੱਛਾ ਇਹਦਾ ਸੂਆ ਕਿਹੜਾ, ਮੈਂ ਦਾ ਇਹ ਦੂਜਾ ਸੂਆ, ਦੂਜਾ ਦਾ ਤੇਰਾ ਗੋਲਟੀ ਟੱਕਾ ਹੈ, ਇਹ ਸੂਆ ਦੂਜਾ, ਇਹ 6 ਦਾ ਥੋੜਾ ਸਿੰਘ ਖੁੱਲਾ ਕਰਕੇ, 6 ਦਾ ਦਾ ਮੂੰਹ, 6 ਦਾ ਦਾ ਦੂਜਾ ਸੂਆ ਹੀ ਹੈ, ਲੈ ਸੱਜਣਾ ਮੂੰਹ 6 ਦਾ ਹੁਣ ਹੋਊਗਾ 17 ਕਿਲੋ, ਮੈਂ ਸੂਆ ਦੂਜਾ ਲੈ ਤਰਸ ਲੈ ਵਾਲੂਗਾ, ਬੈਕ ਤੋਂ ਵੀ ਦਿਖਾ ਦੇ ਓਏ, 17 ਕਿਲੋ ਹੁਣ ਠੰਡਾ ਹੋਊਗਾ, ਮੈਂ 17 ਕਿਲੋ ਰੈਡੀ, ਹਾਂ ਤਲਵਾ ਦੇਗਾ ਇਹ ਸੱਜਣਾ ਆ ਗਿਆ, ਕਹਿਣ ਦਾਣੀ ਹੈ, ਕਹਿਣ ਦਾਣੀ ਤਲਵਾ ਤੇ ਤਾਂ ਯਾਰ ਥੱਲੇ ਥੁੱਲੇ ਦਾ ਝੋਟੀ ਬਾਟ ਮਾਲ ਆਈ, ਉਹਨਾਂ ਦੇ ਵਾਲਾ ਹੀ ਬੈਠੀ ਆ, ਆ ਮਾਂਗਰ ਇਹਦੇ ਹੈਗਾ ਮੇਰਾ ਖਿਆਲ ਆ ਕੱਟਾ, ਹਨਾ ਹਾਂਜੀ ਕੱਟਾ, ਆ ਮਾਂਗਰ ਇਹਦੇ ਕੱਟਾ, ਰੁਪਈਆ ਕਿੰਨੇ ਲਵਾਂਗੇ ਇਹਦੇ ਗੋਲਟੀ ਆਪਾਂ, ਕਿੰਨੇ ਕੁ ਲੈ ਲਗੇ ਆਪਾਂ, ਹੈ ਮੈਂ ਤਾਂ ਕਹਿੰਦਾ 100,000 ਲੈ ਲੈ, ਨਾ ਯਾਰ ਝੋਟੀ ਚੰਗੀ, ਮੈਂ ਝੋਟੀ ਚੰਗੀ ਆ, ਨਹੀਂ ਪਿੰਡਾਂ ਸਾਡਾ ਵੀ ਜੀ ਕਰਦਾ ਸੀ ਮੰਦੀਆਂ ਦੇ ਕੇ, ਸਹੀ ਗੱਲ ਆ ਹਨਾ, ਪਿੰਡਾਂ ਦੇ ਨੇੜੇ ਲੱਗਣ ਨਹੀਂ ਹੁੰਦਾ, ਕਈ ਵਾਰੀ ਸੱਜਣ ਲੱਖ ਆ ਜਿਹੜਾ ਯਾਰ ਜਦੋਂ 2 ਲੱਖ ਮੰਡੀ 'ਚ ਮੰਗ ਲਾਂਦੇ ਨੇ, ਉਦੋਂ ਵੀ ਜਾਨਵਰ ਮਹਿੰਗਾ ਹੋ ਜਾਂਦਾ, ਹਨਾ ਹੋ ਜਾਂਦਾ, ਰੁਪਈਏ ਉਹੀ ਬੇਨਤੀ ਕਰਦਾ ਵਪਾਰੀ ਸੱਜਣਾ ਨੂੰ ਵੀ ਯਾਰ, ਉਹਨੇ ਕੁ ਮੰਗਿਆ ਕਰੋ ਜਿੰਨੇ ਕਿ ਤੁਸੀਂ ਨੇ ਵੇਚਣੀ ਹੁੰਦੀ ਆ ਨਾ, ਵੀ ਕੈਮਰੇ ਵਾਲੇ ਨੂੰ ਦੇਖ ਕੇ ਯਾਰ ਬਾਹਲੇ ਪੈਸੇ ਹੁੰਦੇ, ਹੈ ਇੱਕ ਦਾ ਸੀ ਤਾਂ ਫਿਰ ਕਿਹੜਾ ਇਹਨੂੰ ਗੋਲਟੀ ਹੋਰ ਤੋਰ ਦੇ, ਨਾ ਰੇਟ ਸੱਜਣਾ ਯਾਰ ਗੋਲਟੀ ਦਾ ਮੈਨੂੰ ਜਾਇਜ਼ ਲੱਗਿਆ, ਕਹਿੰਦਾ ਬਾਈ 1,10,000 ਦੀ ਇਹ ਝੋਟੀ, ਆਹੀ ਵਖਾਈ ਪਿੱਛੋਂ ਹੀ, ਤੇ ਯਾਰ ਲੇਵੇ ਲੂਵੇ ਵਾਲੀ ਤਾਂ ਉਹੀ ਗੱਲ ਆ ਵੀ ਲੇਵੇ ਲੂਵੇ ਵਾਲੀ ਤਾਂ ਨਾ ਝੋਟੀ ਯਾਰ ਕੰਡੇ ਕੱਢਦੀ ਜਾਂਦੀ ਆ, ਤੇ ਥਣ ਥੁਣ ਦੀ ਗੱਲ ਕਰ ਲਈਏ ਤੇ ਥਣ ਥੁਣ ਵੀ ਬਾ ਕਮਾਲ ਲੱਗਿਆ ਯਾਰ, ਤੇ ਲੱਗਿਆ ਵੀ ਪੂਰੀ ਦੂਰੀ ਤੇ ਆ, ਤੇ ਉੱਤੋਂ ਗੱਲ ਕਰ ਲਈਏ ਬਿਲਕੁਲ ਬਰੀਕ ਚਮੜੇ ਦੀ ਆ, ਦੁੱਧ ਵਾਲਾ ਜਾਨਵਰ ਆ, ਤੇ ਗੋਲਟੀ ਕਹਿੰਦਾ ਮੂੰਹੋਂ ਇਹ ਹੈਗੀ ਆ 6 ਦੰਦ, 6 ਦੰਦ ਦੇ ਹਿਸਾਬ ਨਾਲ ਸੂਆ ਬਣਦਾ ਇਹਦਾ ਦੂਜਾ, ਪਰ ਸਿੰਘ ਥੋੜਾ ਜ਼ਰੂਰ ਖੁੱਲਾ ਪਾਉਂਦੀ ਆ, ਤੇ ਬਾਕੀ ਜੇ ਗੱਲ ਕਰ ਲਈਏ ਯਾਰ ਇਹ ਦੁੱਧ ਦੇਣ ਵਾਲਾ ਜਾਨਵਰ ਆ ਬਾਈ, ਦੁੱਧ ਵਾਲੀ ਝੋਟੀ ਆ, ਲੈ ਗੋਲਟੀ ਤੇਰਾ ਨੰਬਰ ਬੋਲ ਦੇ, ਨੰਬਰ ਆਪਣਾ 98722 ਹਾਂਜੀ 47891, ਇੱਕ ਗੱਲ ਹੋਰ ਆ ਵੀ ਗੋਲਟੀ ਨਾਲ ਜਿਹੜੇ ਬਾਹਰ ਦੇ ਬਾਹਰ ਨੇ ਅਦਰ ਸਟੇਟਾਂ ਦੇ ਮਹਾਰਾਸ਼ਟਰ ਯੂਪੀ ਐਮਪੀ ਕਿਤੋਂ ਵੀ ਨਾ ਬਾਈ ਨਾਲ ਯਾਰ ਸੰਪਰਕ ਕਰ ਸਕਦੇ ਨੇ, ਕਿਉਂਕਿ ਬਾਈ ਜਾਨਵਰ ਵੀ ਦਵਾਉਂਦਾ ਤੇ ਆਪਦੇ ਘਰੇ ਮਤਲਬ ਰਹਿਣ ਸਹਿਣ ਦਾ ਸਿਸਟਮ ਸਾਰਾ ਜੀ ਆਪਣੇ ਕੋਲੇ ਸਭ ਦਾ ਜੀ, ਅੱਛਾ 2 ਟਾਇਰ ਵਿੱਚ 4 ਟਾਇਰ ਵਿੱਚ ਚਵਾ ਕੇ ਵੀ ਮੰਗਾ ਦਵਾ ਦੇਵਾਂਗੇ ਆਪਾਂ ਪਿੰਡਾਂ 'ਚੋਂ, ਅੱਛਾ ਪਿੰਡਾਂ 'ਚੋਂ ਵੀ ਦਵਾ ਦੇਣੇ ਤੇ ਮੰਡੀ 'ਚੋਂ ਵੀ ਮਾਲ ਦਵਾ ਦੇਣੇ ਜੇ ਕਿਸੇ ਗਾਹਕ ਨੇ ਲੈਣਾ, ਸੱਲੀ ਵਾਲਾ ਹਾਂ, ਤੇ ਨੰਬਰ ਨੀਲੀ ਰਾਵੀ ਝੋਟੀ ਹੈ, ਇਹ ਵੀ ਤੋਰ ਦੇ ਖੋਲ ਕੇ, ਫਿਰ ਲੈ ਇੱਕ ਦਿਖਾਉਂਦੇ ਆ ਸੱਜਣਾ ਤੁਹਾਨੂੰ ਬਾਈ ਨੀਲੀ ਰਾਵੀ ਦੀ, ਲੇਵੇ ਲੂਵੇ ਦੀ, ਇਹ ਵੀ ਬਾ ਕਮਾਲ ਆ, ਹਾਂ
ਉਹੀ ਗੱਲ ਆ ਵੀ ਝੋਟੀਆਂ ਦੋ ਦਿਖਾਊਗਾ ਗੋਲਟੀ ਆਪਾਂ ਨੂੰ, ਪਰ ਦੋਨੇ ਜਗ੍ਹਾ ਮਾਲ ਦੁੱਧ ਵਾਲਾ ਲਿਆਂਦਾ। ਹਾਂ ਜਾਨਵਰ ਯਾਰ ਦੁੱਧ ਪਾਉਣ ਵਾਲੇ ਜਾਨਵਰ ਨੇ, ਬਾਕੀ ਖਾਣ ਪੋਣ ਕਮਾਲ ਦੇ ਲੱਗੇ ਨੇ। ਇਹ ਹੈਗੀ ਆ ਥੋੜਾ ਜਿਹਾ ਜਿਵੇਂ ਆਪਾਂ ਕਹਿ ਲਈਏ ਨਾ ਚੌੜਾ ਲੇਵਾ ਰੱਖਦੀ ਆ, ਪੱਕੇ ਲੇਵੇ ਦੀ ਆ, ਪਰ ਤੁਰਦੀ ਉਹੀ ਗੱਲ ਆ ਵੀ ਪਹਿਲਵਾਨਾ ਵਾਂਗੂ ਅਗਲੇ ਪਾਸੇ ਵੀ ਤਰਸ ਦਿਖਾ ਦੀ ਲੇਵਾ ਓਏ। ਇਹ ਝੋਟੀ ਚੰਗੀ ਆ, ਇਹ ਪੈਂਦੀ ਆ ਬਾਈ ਨੀਲੀ ਰਾਵੀ ਚ, ਜਿਹੜੇ ਸੱਜਣ ਨੀਲੀ ਰਾਵੀ ਦੇ ਸ਼ਕੀਨ ਨੇ ਨਾ ਵੀ ਆਪਣੇ ਨੀਲੀ ਰਾਵੀ ਦਾ ਜਾਨਵਰ ਲੈਣਾ, ਉਹ ਵੀ ਗੋਲਟੀ ਨਾਲ ਕਰ ਸਕਦੇ ਨੇ ਸੰਪਰਕ। ਇਹ ਨੀਲੀ ਰਾਵੀ ਦੀ ਝੋਟੀ ਵੀ ਗੋਲਟੀ ਕੋਲੋਂ ਮਿਲੂਗੀ ਤੁਹਾਨੂੰ, ਤੇ ਅਗਲੇ ਬੰਨੇ ਤਰਸ ਲੇਵਾ ਦਿਖਾ ਦਿਓ। ਅਗਲੇ ਬੰਨੇ ਖਾਣ ਵੇਖ ਲੱਗਾ, ਟੌਪ ਦਾ ਲੱਗਿਆ ਉਹੋ ਜਿਹਾ ਚੋਣ ਹੈ ਤੇ ਲੱਗਿਆ ਵੀ ਦੂਰੀ ਤੇ ਆ ਨਾ, ਕਿਵੇਂ ਚੋਣ ਚੂਣ ਕਿਵੇਂ ਲੱਗਿਆ। ਮੈਂ ਕਿਹਾ ਯਾਰ ਕਿਤੇ ਰੂਹਾਂ ਖੁਸ਼ ਕਰ ਦੂਗੀ, ਬੱਚਾ ਲਾਊਗਾ ਨਾ ਜਿਹੜਾ, ਸਿਰਾ ਕਰ ਦੂਗਾ ਮੈਨੂੰ ਵੀ ਚੋਣ ਹੈ ਜਮਾ। ਇਹ ਕਿੰਨੇ ਦੀ ਦੇਵਾਂਗੇ ਆਪਾਂ ਸੂਆ, ਕਿਹੜਾ ਇਹਦਾ, ਇਹ ਵੀ ਦੂਜਾ ਸੂਆ, ਇਹ ਕਿੰਨੇ ਦੇ ਮਾਗੇ ਇਹ ਆਪਾਂ ਹਾਂ ਨਾ ਚਾਹਾਂਗੇ। ਇਹ ਮਿਲੂਗੀ ਸੱਜਣੋ 95,000 ਦੀ, ਹਾਂ ਨਾ, ਕਿਉਂਕਿ ਰੇਟ ਯਾਰ ਗੋਲਟੀ ਦਾ ਤਕਰੀਬਨ ਮੰਡੀ ਚ ਆਪਾਂ ਦੇ ਜਾਂਦੇ ਆ, ਕਿਹੜਾ ਰੇਟ ਹੈ ਸੱਜਣ ਦੇ ਆਪਾਂ ਭਾਅ ਚ ਲਿਆਉਣੇ ਚੀਜ਼, ਠੀਕ ਹੈ ਗੱਲ ਲੈਨੇ ਆ, ਨਹੀਂ ਵੀ ਆਏ ਮੰਡੀ ਆਪਾਂ 5-10 ਲੈ ਕੇ ਜਾਣੀ, ਠੀਕ ਹੈ ਜੀ, ਜਾਂ ਮੰਡੀ ਪਾਉਣੀਆਂ ਹੀ ਆ, ਠੀਕ ਹੈ, ਭਾਅ ਚ ਮਿਲੀ 1-2 ਲੈ ਕੇ ਆ ਕੇ ਵੇਚ ਲੈ, ਭਾਅ ਚ ਮਿਲਦਾ ਯਾਰ ਜਾਨਵਰ, ਉਹੀ ਗੱਲ ਆ ਵੀ ਅੱਗੇ ਵੀ ਭਾਅ ਚ ਹੀ ਦੇ ਦੇਣੇ ਆਪਾਂ, ਹਾਂ 2 ਰੁਪਏ ਬਣੀ ਜਾਣ ਆਪਣੀ, ਠੀਕ ਹੈ। ਲੈ ਸੱਜਣਾ ਗੋਲਟੀ ਦਾ ਸੰਪਰਕ ਤੁਸੀਂ ਇਹ ਦੋਨਾਂ ਝੋਟੀਆਂ ਵਾਸਤੇ ਕਰ ਸਕਦੇ ਹੋ, ਤੇ ਉਦਾਂ ਬਾਈ ਯਾਰ ਕਹਿੰਦਾ ਆਪਾਂ ਜਾਨਵਰ ਦਬਾ ਵੀ ਦਿੰਦੇ ਆ, ਜੇ ਕਿਸੇ ਸੱਜਣ ਨੇ ਲੈਣਾ ਹੋਵੇ ਆਦਰ ਸਟੇਟ ਵਾਲਾ ਨੂੰ ਵੀ ਦਬਾ ਦਾਨੇ ਆ ਕਿਤੋਂ ਦਾ ਹੋਵੇ, ਤੇ ਬਾਕੀ ਅੱਗੇ ਲੈ ਕੇ ਚੱਲਦੇ ਆ ਮੰਡੀ ਚ, ਰੌਲੇ ਕੋਲੇ ਵਾਲਾ ਕੋਈ ਸੌਦਾ ਵੀ ਜ਼ਰੂਰ ਦਿਖਾਵਾਂਗੇ ਜੇ ਬਣਿਆ ਸਬੱਬ ਕਿਤੇ। ਲੈ ਸੱਜਣੋ ਆਹ ਲੱਗਿਆ ਵਾ 4 ਦੰਦ ਝੋਟੀ ਦਿਖਾਉਣ ਤੁਹਾਨੂੰ, ਜਿਵੇਂ ਸੱਜਣਾਂ ਦੀ ਮੰਗ ਹੁੰਦੀ ਆ ਨਾ ਵੀ ਯਾਰ ਜੱਤ ਵਾਲੀ ਝੋਟੀ ਚਾਹੀਦੀ ਆ, ਉਹੀ ਗੱਲਬਾਤ ਆ। ਇਹ ਹੈਗੀ ਆ ਬਾਈ ਜੱਤ ਵਾਲੀ ਝੋਟੀ ਦੇ ਉੱਤੇ ਉਹ ਬਾਡੀ ਬੂਟੀ ਦੀ ਗੱਲ ਕਰ ਲਈਏ, ਬਾਡੀ ਬੂਟੀ ਵਾ, ਕਮਾਲ ਹੋ ਜੀ, ਕਮਾਲ ਹੋ। ਬਾਕੀ ਜਦੋਂ ਮੁੜੂਗੀ ਤਰਸ ਸਾਰੀ ਦਿਖਾ ਦੀ। ਤਾਂ ਇੱਥੇ ਤੋਂ ਸੱਜਣੋ ਚੈੱਕ ਕਰ ਸਕਦੇ ਹੋ ਜੱਤ ਵਾਲੀ ਝੋਟੀ ਆ, ਤੇ ਮੇਨ ਗੱਲ ਆ ਜਿਹੜੀ ਸੂਆ ਪਹਿਲਾਂ ਜੇ ਪਹਿਲਣ ਦੇ ਹਿਸਾਬ ਨਾਲ ਗੱਲ ਕਰ ਲਈ ਇਹਨਾਂ ਦੀ ਬਾਡੀ ਬੂਟੀ ਦੀ, ਯਾਰ ਬਾਡੀ ਬੂਟੀ ਬਹੁਤ ਚੌੜੀ ਆ, ਚੌੜੇ ਢਾਂਚੇ ਦੀ ਆ, ਤੇ ਮੇਨ ਗੱਲ ਆ ਜਿਹੜੀ ਯਾਰ ਜਾਨ ਵਾਲੀ ਝੋਟੀ ਆ। ਬਸ ਲਿਆ ਇੱਧਰ ਨੂੰ ਲਿਆ ਕੈਮਰਾ, ਇੱਧਰ ਲਿਆ ਵੀ ਆ ਜਾ, ਇਹਦੀ ਡਿਟੇਲ ਪੁੱਛਦੇ ਹਾਂ ਪੂਰਾ। ਹਾਂਜੀ, ਨਾਮ ਦੱਸ ਦਿਓ ਜੀ। ਕੀ ਆ? ਨਾਮ ਹੈ ਸਿਕੰਦਰ ਜੀ। ਨਾਮ ਸਿਕੰਦਰ, ਪਿੰਡ ਕਿਹੜਾ ਜੀ? ਪਿੰਡ ਸੇਖਾ ਜੀ, ਮੋਗਾ ਜ਼ਿਲ੍ਹਾ ਜੀ। ਆ ਮੋਗਾ ਜ਼ਿਲ੍ਹਾ, ਪਿੰਡ ਸੇਖਾ, ਕੰਮ ਵਪਾਰ ਦਾ ਜੀ? ਹਾਂਜੀ, ਵਪਾਰ ਦਾ ਜੀ। ਕਿੰਨੇ ਜਾਨਵਰ ਲਏ ਅੱਜ ਮੰਡੀ? 4 ਲਏ ਜੀ। ਕਿਵੇਂ ਲੱਗੀ ਮੰਡੀ ਫਿਰ? ਮੰਡੀ ਠੀਕ ਆ ਜੀ, ਚੱਲ ਰਿਹਾ ਕੰਮ? ਚੱਲ ਰਿਹਾ, ਬਾਡੀਆਂ ਬੂਟੀਆਂ ਕਰਕੇ ਥੋੜਾ ਜਿਹਾ ਬਿਜੀ ਹੋ ਗਿਆ, ਥੋੜਾ ਜਿਹਾ ਹੈਗਾ ਜੀ ਫਰਕ ਤਾਂ ਪੈਂਦਾ ਹੀ ਆ। ਬਾਕੀ ਹਰੇਕ ਸਾਲ ਨਾਲ ਜੇ ਗੱਲ ਕਰ ਲਈ ਵੀ ਇਸ ਵਾਰੀ ਥੋੜਾ ਚੱਲਿਆ ਕੰਮ? ਹਾਂਜੀ ਹਾਂ 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 ਹਾਂ। ਇਹਦਾ ਸੂਆ ਕਿਹੜਾ ਜੀ? ਪਹਿਲਾ ਸੂਆ ਜੀ 4 ਦਾ ਹੁੰਦਾ। ਬੱਚਾ ਕੀ ਆ ਰਾਦੇ? ਕੱਟੀ ਆ ਜੀ, ਮਗਰ ਤਰਸ ਕੱਟੀ ਤੇ ਮਾਰਦੇ ਕੈਮਰਾ। ਆ ਸੱਜਣੋ ਬਾਈ ਨਾਲ ਇਹਦੇ ਹੈਗੀ ਆ ਕੱਟੀ, ਤੇ ਦੁੱਧ ਕਿੰਨਾ ਰੈਡੀ ਆ, ਕਿੰਨੇ ਦਿਨ ਦੀ ਸੂਈ ਆ ਹੁਣ? ਸਹੀ 15 ਲੀਟਰ ਦੁੱਧ ਹੁਣ ਹੈਗਾ। ਸੂਈ ਕਿੰਨੇ ਦਿਨਾਂ ਦੀ? 15 ਦਿਨ ਹੀ ਹੋ ਗਏ ਸੂਈ ਨੂੰ। ਅਜੇ 15 ਦਿਨਾਂ ਦੀ ਥੱਲੇ 15 ਦਿਨ? 15 ਦਿਨਾਂ ਦੇ ਜਾ ਕੇ 10-15-20 ਦਿਨਾਂ ਚ ਦੁੱਧ ਤੇ ਆਉਂਦਾ ਡੰਗਰ। ਮੰਡੀ ਵਾਲਾ ਤਾਂ ਨਹੀਂ 15 ਲਾਣੇ ਦਾ ਰਾ? ਹਾਂ ਹਾਂ, 15 ਲੀਟਰ ਜੀ ਹੁਣ। ਮਾ ਓਰੀਜਨਲ 15 ਜਮਾ ਇੱਕ ਤੋਂ ਕੰਡੇ ਦੇ ਚੜਾ ਕੇ ਦੇ ਦੇਗੇ ਜੀ। ਅੱਛਾ, ਦੋ ਡੰਗ ਚਾਰ ਡੰਗ ਜੇ ਕੋਣਾ ਹੋਵੇ? ਹਾਂ ਹਾਂ, ਕੋਣਾ ਲੈ ਕੇ ਜਾਂਦਾ ਜੇ ਚੜਾ ਕੇ ਦੇ ਦਾਂਗੇ। ਤਸੱਲੀ ਕਰਾ ਲਾਂਗੇ, ਦੋ ਡੰਗ ਲੀਟਰ ਵਾਲਾ ਨਹੀਂ, ਕੰਡੇ ਦੇ ਚੜਾ ਕੇ ਦੇਵਾਂਗੇ 15 ਲੀਟਰ ਕੰਡੇ ਵਾਲਾ। ਹਾਂ, 15 ਕਿਲੋ ਹੋ ਗਿਆ। ਹਾਂ, 15 ਕਿਲੋ। ਪੈਸੇ ਕਿੰਨੇ ਲਵਾਂਗੇ ਜੀ 15 ਕਿਲੋ ਲਈ? ਪੈਸੇ 2,00,000 ਰੁਪਏ ਮੰਗਦੇ। 2,00,000 ਮੰਗਦੇ? ਮੰਗ ਤਾਂ ਲਿਆ ਦੋ। ਹਾਂ, ਫਿਕਸੇ ਕਰਦੇ ਕੰਮ। ਪਿੱਛੋਂ ਵੀ ਜੀ ਅਸੀਂ ਰਾਜਸਥਾਨ ਚ ਮਾਲ ਲਿਆਉਣੇ ਆ, ਠੀਕ ਹੈ ਗੱਲ। ਪਿੱਛੋਂ ਵੀ ਮਾਲ ਮਹਿੰਗਾ ਬਹੁਤ ਆ, ਮਾਲ ਹੀ ਹੈ ਨਹੀਂ ਪਿੰਡਾਂ ਜੀ। ਮਾਲ ਤਾਂ ਆਉਣ ਦੀ ਗੱਲ ਕਰ ਲਈਏ ਸੱਜਣ, ਉਹੀ ਗੱਲ ਆ ਵੀ ਤੁਸੀਂ ਆਪਦੇ ਆਣ ਕਮਾਣ ਚ ਹੀ ਨਿਗਾਹ ਮਾਰ ਲਓ ਯਾਰ, ਕਿਸੇ ਦੇ ਸੂਆ ਵਾਲਾ ਜਾਨਵਰ ਮਿਲਦਾ ਨਹੀਂ ਪਿਆ ਆਪਣੇ ਮਹੱਲੇ ਜਾਂ ਕਿਤੇ ਵੀ ਜਾਨਵਰ ਸੂਆ। ਬਹੁਤ ਦੂਰ ਦੂਰ ਤੱਕ ਪਟਾਈ ਕਰ ਕੇ ਆਣਾਂਗੇ ਜਮੀ ਲਾਸਟ ਤੇ ਛੱਡ ਦੇਾਂਗੇ ਜੀ ਮੌਕੇ ਤੇ ਜੋ ਕੋਈ ਚਾਹਵਾਨ ਹੋਇਆ। ਚਾਹਵਾਨ ਹੀ ਕਰਦੇ ਮੋਰ ਤੁਹਾਨੂੰ? ਚਾਹਵਾਨ ਹੀ ਕਰਨਗੇ। ਕਿੰਨੇ ਦੀ ਛੱਡੂਗੇ? ਹੋਰ 10,000 ਕੱਟ ਲੈ ਲਾਂਗੇ ਜੀ। ਡੇਢ ਡੇਢ ਗੇੜ ਨਹੀਂ ਡੇਢ ਦੀ ਤਾਂ ਉੱਤੇ ਆਪਦੀ ਖਰੀਦ ਹੈ ਜੀ। ਹਾਂ, ਝੂਠ ਨਹੀਂ ਮਾਰਦੇ, ਖਰੀਦ ਮਹਿੰਗੀ ਹੋ ਰਹੀ ਆ। ਮਹਿੰਗੀ ਆ, ਮਿੰਨਾਂ 'ਚ ਮਿਲਦਾ ਨਹੀਂ ਮਾਲ ਚੰਗੀ, ਮੈਂ ਹੁੰਦੀ ਤਾਂ ਉੱਚਾ ਹੋ ਜਾਂਦਾ। ਕੇਰਾ ਮੈਂ ਹੀ ਹੋਰ ਤੋੜ ਦੇ ਝੋਟੀਆਂ ਨੂੰ ਲੰਬੀ ਜੀ। ਨੰਜੂ ਓਏ, ਆ ਤੋਰੀ ਯਾਰ, ਲੈ ਤੋਰੀ, ਕੇਰਾ ਲੰਬੀ ਤੋੜ ਦੇ ਇਹਨੂੰ, ਤੋਰੀ ਮਾੜਾ ਜਿਹਾ ਹੌਲੀ।
ਲੈ ਸੱਜਣੋ ਇੱਕ ਵਾਰੀ ਤੁਹਾਨੂੰ ਤੋੜ ਕੇ ਹੋਰ ਦਿਖਾ ਦੇਣਾ। ਇਹ ਹੈਗੀ ਆ ਮੂੰਹੋਂ ਚਾਰ ਦੰਦ, ਸੂਆ ਹੈਗਾ ਇਹਦਾ ਪਹਿਲਾਂ ਜਵਾਨ ਝੁੱਟੀ ਆ, ਤੇ ਬਾਕੀ ਜੇ ਬਾਡੀ ਬੂਟੀ ਦੀ ਗੱਲ ਕਰ ਲਈਏ ਯਾਰ ਪਹਿਲਣ ਦੇ ਹਿਸਾਬ ਨਾਲ ਬਾਡੀ ਬੂਟੀ ਦਾ ਬਾ ਕਮਾਲ ਹੀ ਆ, ਤੇ ਥਣ ਥਨੌੜ ਦੀ ਗੱਲ ਕਰ ਲਈਏ, ਲੇਵੇ ਦੀ ਗੱਲ ਕਰ ਲਈਏ, ਓਕੇ ਦੀ ਰਿਪੋਰਟ ਆ ਜਮਾ ਵੀ ਹਰੇਕ ਪੱਖ ਤੋਂ ਜੇ ਗੱਲ ਕਰ ਲਈਏ ਯਾਰ ਕਿਸੇ ਵੀ ਪੱਖ ਤੋਂ ਜਾਨਵਰ ਹੱਥ ਨਹੀਂ ਫਿਰਾਉਂਦਾ। ਬਸ ਕਮਾਲ ਆ ਬਾਈ, ਕਮਾਲ ਆ, ਕਮਾਲ ਆ, ਕਮਾਲ, ਇੱਥੇ ਤੋਂ ਕਮਾਲ ਆ। ਤਾਂ ਉਹੀ ਗੱਲ ਆ ਸੱਜਣੋ, ਕੱਦ ਕਾਠ ਝੋਟੀ ਦਾ ਬਹੁਤ ਆ ਤੇ ਜਾਣ ਜੂਣ ਵੀ ਬਹੁਤ ਆ, ਤੇ ਅਗਲੇ ਬੰਨੇ ਵੀ ਤਰਸ ਲੇ ਵਾਲੂਆ ਦਿਖਾ ਦੂਗੇ। ਤੇ ਨੰਬਰ ਬੋਲ ਦੇ ਤੁਹਾਡਾ। ਹਾਂ ਨੰਬਰ ਹੈ ਜੀ ਮੈਂ 9781863104। ਇੱਕ ਵਾਰੀ ਫਿਰ ਬੋਲ ਦੋ, 9781863104। ਘਰੇ ਕਿੰਨੇ ਕ ਜਾਨਵਰ ਹੁੰਦੇ ਨੇ ਸੇਲ ਤੇ? 5-7 ਮਈਆਂ ਹੁੰਦੀਆਂ ਜੀ ਆਪਣੇ ਕੋਲ। ਅੱਛਾ 5-7 ਮਈਆਂ ਆਪਣੇ ਕੋਲ, ਕਿੰਨੇ ਤੋਂ ਕਿੰਨੇ ਦੁੱਧ ਵਾਲੀਆਂ, ਕਿੰਨੇ ਤੋਂ ਕਿੰਨੇ ਰੇਟ ਵਾਲੀਆਂ ਜੀ ਗੱਲ? ਚੰਗੀ ਚੁਆਇਸ ਵਾਲੀ ਲੈਨੇ ਆ ਜੀ। ਅੱਛਾ, ਹਰ ਤਰ੍ਹਾਂ ਦੀ ਸਭ ਤਾਂ ਮਿਲੂ ਤੁਹਾਨੂੰ, ਮੈਂ ਜੇ ਦੀ ਚੁਆਇਸ ਹੋਊਗੀ ਉਹੋ ਜੀ ਮਿਲ ਜੂਗੀ ਜੀ ਤੁਹਾਨੂੰ। ਅੱਛਾ, ਹਾਂ ਮੰਨ ਲਓ ਵੀ 80-90 ਰੇਟ ਗੇਟ ਤੋਂ ਲਾ ਕੇ ਮਿਲ ਜਾਣਗੇ ਜੀ, ਮਿਲ ਜਾਣਗੇ, ਮਿਲ ਜਾਣਗੇ ਜੀ, ਮਿਲ ਜਾਣਗੇ। ਕਿਹੜਾ ਪਿੰਡ ਦੱਸਿਆ ਜੀ ਆਪਣਾ? ਸੇਖਾ ਪਿੰਡ ਆ ਜੀ ਆਪਣਾ, ਜ਼ਿਲ੍ਹਾ ਮੋਗਾ। ਜ਼ਿਲ੍ਹਾ ਮੋਗਾ, ਹਾਂ। ਤੇ ਮੋਗੇ ਵਾਲੇ ਸੱਜਣ ਬਾਈ ਆ ਬਾਈ ਨਾਲ ਸੰਪਰਕ ਕਰ ਸਕਦੇ ਨੇ, ਹਰੇਕ ਚੁਆਇਸ ਦਾ ਬਾਈ ਕਹਿੰਦਾ ਜਾਨਵਰ ਆਪਾਂ ਜਿਹੋ ਜੀ ਵੀ ਗਾਹਕ ਨੇ ਲੈਣੀ ਹੋਵੇ ਉਹੋ ਜੀ ਮੈਂ ਦੇ ਸਕਦੇ ਆਪਾਂ। ਠੀਕ ਆ ਜੀ, ਹਾਂ। ਲੈ ਸੱਜਣੋ ਅੱਜ ਆਪਾਂ ਦਿਖਾਈਆ ਬਾਈ ਤੁਹਾਨੂੰ ਧਨੌਲਾ ਮੰਡੀ, ਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ, ਤੇ ਕਿੱਦਾਂ ਦੇ ਜਾਨਵਰ ਲੱਗੇ, ਤੇ ਧਨੌਲਾ ਮੰਡੀ ਦੇ ਰੇਟ ਤੁਹਾਨੂੰ ਕਿੱਦਾਂ ਦੇ ਲੱਗੇ, ਮੈਨੂੰ ਕਮੈਂਟ ਕਰਕੇ ਸੱਜਣੋ ਜ਼ਰੂਰ ਦੱਸਿਓ। ਤੇ ਇਸੇ ਤਰ੍ਹਾਂ ਚੈਨਲ ਨੂੰ ਪਿਆਰ ਬਣਾਈ ਰੱਖੋ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਦਿਓ। ਧੰਨਵਾਦ।